कि मैं चलाऊंगा। भाई रोल्स रॉयस चलाई है कभी? हाँ चलाई तो नहीं है, बस आप मुझे इतना बता दो कि ये चालू कैसे होगी। चालू कैसे? ओके सबसे पहले ब्रेक दबाओ। दबा दिया। दबा दी। ओके अब स्टार्ट वाला बटन दबाओ। वो भी दबा दिया। चलो अब गियर डालो। हाँ भाई डाल दिया। ये गियर नहीं है, ये गियर है ये। अगर इन्हें नौवीं दा रेखावां ते कोण लाइन्स एंड एंगल्स वाला चैप्टर पढ़िया होंदा ਤਾਂ ਪੜੇ ਪਤਾ ਚੱਲਦਾ ਨਾ ਕਿ ਕਿਹੜਾ ਗੇਅਰ ਹੈ ਤੇ ਕਿਵੇਂ ਪੈਣਾ। ਆਓ ਤਾਂ ਦੇਖੀਏ 9th ਕਲਾਸ ਦਾ ਚੈਪਟਰ। ਛੇਵਾਂ ਚੈਪਟਰ ਨੰਬਰ 6 ਲਾਈਨਸ ਐਂਡ ਐਂਗਲਸ ਰੇਖਾਵਾਂ ਤੇ ਕੋਣ ਦਾ ਐਕਸਰਸਾਈਜ਼ 6.2 ਦਾ ਪਹਿਲਾ ਕੁਐਸਚਨ ਕੀ ਹੈ? ਪਹਿਲੇ ਕੁਐਸਚਨ ਚ ਆ ਡਾਇਗ੍ਰਾਮ ਬਣੀ, ਇਹਦੇ ਚ ਹੁਣ ਤੁਸੀਂ ਮੈਨੂੰ ਦੱਸੋ ਕਿੰਨੀਆਂ ਲਾਈਨਾਂ? 3 ਲਾਈਨਾਂ ਤੇ 3 ਇੰਗਲਿਸ਼ ਦੇ ਵੇਰੀਏਬਲ ਦਿੱਤੇ ਆ ਐਕਸ ਵਾਈ ਤੇ ਜ਼ੈਡ। ਹੁਣ ਇਹਨਾਂ ਵਿੱਚ ਕੀ ਦਿੱਤਾ? ਉਹਨਾਂ ਨੇ ਕਿਹਾ ਪਹਿਲੀ ਗੱਲ ਏ ਬੀ ਪੈਰਲਲ ਸੀ ਡੀ। ਆਹ ਜਿਹੜੀਆਂ ਦੋ ਲਾਈਨਾਂ ਦਾ ਨਿਸ਼ਾਨ ਹੈ ਇਹਦਾ ਮਤਲਬ ਇੰਗਲਿਸ਼ ਚ ਪੈਰਲਲ, ਪੰਜਾਬੀ ਚ ਸਮਾਂਤਰ। ਕੀ ਆ ਏ ਬੀ ਵਾਲੀ ਲਾਈਨ ਹੈ, ਆ ਸੀ ਡੀ ਵਾਲੀ ਲਾਈਨ ਹੈ ਤੇ ਦੋਵੇਂ ਕੀ ਹੈ? ਸਮਾਂਤਰ। ਹੁਣ ਸਮਾਂਤਰ ਜਾਂ ਪੈਰਲਲ ਦਾ ਮਤਲਬ ਕੀ ਹੁੰਦਾ? ਕਿ ਹਰ ਜਗ੍ਹਾ ਤੇ ਇਹਨਾਂ ਦੇ ਵਿਚਕਾਰਲੀ ਦੂਰੀ ਕੀ ਹੋਊਗੀ? ਬਰਾਬਰ। ਇਹਦੀ ਐਗਜ਼ਾਮਪਲ ਜਿਹੜੀ ਹੈ ਰੇਲਵੇ ਲਾਈਨ, ਰੇਲਵੇ ਲਾਈਨ ਤੁਸੀਂ ਦੇਖ ਲਓ ਜਿੱਥੇ ਮਰਜ਼ੀ ਚਲ ਜਾਓ ਉਹਨਾਂ ਦਾ ਬਰਾਬਰ ਡਿਸਟੈਂਸ ਜਿਹੜਾ ਹੁੰਦਾ ਦੂਰੀ ਬਰਾਬਰ ਹੁੰਦੀ ਹੈ ਨਾ, ਹੁੰਦੀ ਹੈ ਨਾ। ਜੇ ਥੋੜੀ ਜਿਹੀ ਵੀ ਐਵੇਂ ਟੇਢੀ ਹੋਈ ਤਾਂ ਰੇਲਵੇ ਪਟੜੀ ਜਿਹੜੀ ਟ੍ਰੇਨ ਆ ਉਹ ਤਾਂ ਉਤਰ ਜੂਗੀ, ਉਤਰ ਜੂਗੀ ਨਾ। ਇਸ ਕਰਕੇ ਇਹ ਬਹੁਤ ਵਧੀਆ ਐਗਜ਼ਾਮਪਲ ਹੈ ਪੈਰਲਲ ਲਾਈਨ ਦੀ ਰੇਲਵੇ ਪਟੜੀ। ਸਮਝ ਲੱਗ ਗਈ? ਐਵੇਂ ਉਹਨਾਂ ਨੇ ਕਿਹਾ ਸੀ ਡੀ ਪੈਰਲਲ ਈ ਐਫ ਦੇ, ਯਾਨੀ ਕਿ ਆਹ ਦੋ ਲਾਈਨਾਂ ਬਸ ਪੈਰਲਲ ਹੈ, ਆਹ ਦੋ ਲਾਈਨਾਂ ਪੈਰਲਲ ਹੈ। ਇਸ ਹਿਸਾਬ ਨਾਲ ਏ ਬੀ ਵੀ ਈ ਐਫ ਦੇ ਕੀ ਹੋ ਜੂਗੀ? ਪੈਰਲਲ। ਪੈਰਲਲ ਹੈ ਕਿਉਂਕਿ ਪੈਰਲਲ ਪੈਰਲਲ ਹੈ ਤਾਂ ਪੈਰਲਲ ਹੋਗੀ ਸਮਾਂਤਰ। ਉਹੀ ਜਿਹੜਾ ਆਪਾਂ ਪਹਿਲਾਂ 6.1 ਚ ਸਵਾਲ ਕੀਤਾ ਸੀ ਅਰਸ਼, ਵਾਈ ਅਨੁਪਾਤ ਜ਼ੈਡ, ਵਾਈ ਰੇਸ਼ੋ ਜ਼ੈਡ ਕਿੰਨਾ ਦਿੱਤਾ? 3:7। ਹੁਣ ਇਹਦੇ ਚ ਆਪਾਂ ਐਕਸ ਪਤਾ ਕਰਨਾ, ਵਾਈ ਤੇ ਜ਼ੈਡ ਦੀ ਰੇਸ਼ੋ ਦਿੱਤੀ ਹੋਈ ਆ, ਉਵੇਂ ਹੀ ਕਰਨਾ ਸੇਮ ਟੂ ਸੇਮ। ਹੁਣ ਤੁਸੀਂ ਮੈਨੂੰ ਦੱਸੋਗੇ ਕਿਵੇਂ ਕਰਨਾ? ਪਹਿਲਾਂ ਇਹਨਾਂ ਚੋ ਇੱਕ ਚੀਜ਼ ਕੱਢਾਂਗੇ ਵਾਈ ਤੇ ਜ਼ੈਡ ਚੋ, ਵਾਈ ਤੇ ਜ਼ੈਡ ਚੋ ਇੱਕ ਕੱਢ ਲਾਂਗੇ। ਪਰ ਇੱਥੇ ਹੁਣ ਐਕਸ ਤੇ ਵਾਈ ਦਾ ਕੀ ਰਿਸ਼ਤਾ? ਆਪਾਂ ਕੱਢਣਾ ਤਾਂ ਐਕਸ ਹੈ, ਪਰ ਹੁਣ ਵਾਈ ਜ਼ੈਡ ਦੀ ਰੇਸ਼ੋ ਦਿੱਤੀ ਤੇ ਇੱਕ ਵਾਈ ਜਾਂ ਜ਼ੈਡ ਚੋ ਮੰਨ ਲਓ ਆਪਾਂ ਵਾਈ ਕੱਢਣ ਲੱਗੇ, ਤੇ ਫਿਰ ਹੁਣ ਐਕਸ ਤੇ ਵਾਈ ਦਾ ਬਸ ਜੀ ਰਿਸ਼ਤਾ ਕੀ ਹੈ? ਕੀ ਰਿਸ਼ਤਾ ਹੈ? ਕਿਹੜੇ ਕੋਣ ਬਣਦੇ ਹੈ? ਜਿਹੜੇ ਐਕਸ ਤੇ ਵਾਈ ਹੈ ਉਹ ਲਾਈਨ ਦੇ ਬਿਲਕੁਲ ਇੱਕ ਪਾਸੇ ਹੈ ਦੋਵੇਂ ਕੋਣ, ਤੇ ਹੈ ਵੀ ਦੋਵੇਂ ਅੰਦਰਲੇ ਪਾਸੇ। ਆਹ ਜੇ ਲਾਈਨ ਹੈ ਤੇ ਆਹ ਅੰਦਰਲਾ ਪਾਸਾ ਕਿ ਆਹ ਅੰਦਰਲਾ? ਇਹ ਦੋ ਲਾਈਨਾਂ ਦੇ ਅੰਦਰਲਾ ਪਾਸਾ ਆਉਂਦਾ, ਤਾਂ ਆਹ ਐਕਸ ਤੇ ਵਾਈ ਕੋਣ ਦੋਵੇਂ ਅੰਦਰਲੇ ਪਾਸੇ ਹੈ ਤੇ ਹੈ ਵੀ ਲਾਈਨ ਦੇ ਟ੍ਰਾਂਸਵਰਸਲ ਦੇ ਇੱਕ ਪਾਸੇ। ਇਹ ਪੈਰਲਲ ਲਾਈਨਸ ਹੈ। ਇਸ ਲਾਈਨ ਨੂੰ ਕਿਹੜੀ ਲਾਈਨ ਕਹਿੰਦੀ ਹੈ? ਟ੍ਰਾਂਸਵਰਸਲ। ਕਿਹੜੀ ਲਾਈਨ? ਪੰਜਾਬੀ ਚ ਕਾਟਵੀ ਰੇਖਾ, ਯਾਨੀ ਕਿ ਇੱਕ ਲਾਈਨ ਐਵੇਂ ਹੈ ਦੂਜੀ ਉਹਨੂੰ ਕੱਟਦੀ ਪਈ ਹੈ, ਐਵੇਂ ਹੀ ਹੈ ਨਾ। ਤਾਂ ਜਿਹੜੀ ਕੱਟਦੀ ਪਈ ਹੈ ਉਹਦੇ ਉੱਪਰ ਜਿਹੜੇ ਦੋ ਕੋਣ ਹੈ ਉਹ ਦੋਵੇਂ ਇੱਕੋ ਪਾਸੇ ਹੈ ਤੇ ਹੈ ਵੀ ਦੋਵੇਂ ਅੰਦਰ।
ਤਾਂ ਇੱਕੋ ਪਾਸੇ ਦੇ ਅੰਦਰਲੇ ਕੋਨਾ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ। ਕਿੰਨਾ ਹੁੰਦਾ? 180। ਹੁਣ ਆਪਾਂ ਕੀ ਕਰਾਂਗੇ, ਆਪਾਂ ਐਕਸ ਤੇ ਵਾਈ ਚੋ ਵਾਈ ਕੱਢ ਲਾਂਗੇ ਅਨੁਪਾਤ ਨਾਲ, ਤਾਂ ਉਸ ਤੋਂ ਬਾਅਦ 180 ਚ ਘਟਾ ਲਾਂਗੇ ਤਾਂ ਆਪਣਾ ਐਕਸ ਦਾ ਮੁੱਲ ਆ ਜਾਊਗਾ। ਠੀਕ ਹੈ ਜੀ। ਹੁਣ ਇੱਥੇ ਕੀ ਕਰਨਾ, ਪਹਿਲਾਂ ਆਪਾਂ ਵਾਈ ਦਾ ਮੁੱਲ ਕੱਢਣ ਲੱਗੇ ਹਾਂ। ਵਾਈ ਬਰਾਬਰ ਵਾਈ ਦਾ ਕਿੰਨੀ ਹੈ ਰੇਸ਼ੋ? 3 ਵਟੇ ਕੀ ਕਰ ਦਿੰਦੇ ਹਾਂ, ਪਲੱਸ 3 ਪਲੱਸ 7। ਹੁਣ ਇੱਥੇ ਆਪਾਂ ਦੇਖੋ ਵਾਈ ਤੇ ਜ਼ੈਡ ਦਾ ਦੇਖਣਾ, ਵਾਈ ਤੇ ਜ਼ੈਡ ਨੂੰ ਮਿਲਾ ਕੇ 90 ਦਾ ਕੋਣ ਬਣਦਾ ਹੈ ਕਿ 180 ਦਾ? 180 ਦਾ। ਕਿੰਨੇ ਦਾ? 180 ਦਾ। ਕਿੰਨਾ ਆ ਗਿਆ? 3 ਵਟੇ 10 ਗੁਣਾ 180। 0 ਤੋਂ 0 ਨਾਲ ਕੱਟੀ ਗਈ ਤਾਂ ਵਾਈ ਕਿੰਨਾ ਆ ਗਿਆ? 18 ਦੀਆ 54 ਡਿਗਰੀ। ਤਾਂ ਹੁਣ ਉਸ ਤੋਂ ਬਾਅਦ ਕੱਢਣਾ ਕੀ ਹੈ? ਐਕਸ ਯਾਨੀ ਕਿ 180 ਡਿਗਰੀ ਮਾਈਨਸ ਵਾਈ। 180 ਡਿਗਰੀ ਮਾਈਨਸ 54 ਡਿਗਰੀ ਕਿੰਨਾ ਹੋ ਗਿਆ? 180 ਚੋਂ 50 ਕਢਾਏ 130, 130 ਚੋਂ 4 ਕਢਾਏ 126 ਡਿਗਰੀ, ਤਾਂ ਐਕਸ ਦਾ ਮੁੱਲ ਆ ਗਿਆ। ਹੁਣ ਇੱਥੇ ਲਿਖਣਾ ਵੀ ਹੈ ਐਕਸ ਪਲੱਸ ਵਾਈ ਬਰਾਬਰ 180 ਡਿਗਰੀ ਇੱਕੋ ਪਾਸੇ ਦੇ ਅੰਦਰਲੇ ਕੋਣ, ਇੱਕੋ ਪਾਸੇ ਦੇ ਅੰਦਰਲੇ ਕੋਣ। ਇੰਗਲਿਸ਼ ਲਿਖਾਂਗੇ ਐਂਗਲਸ ਔਨ ਵਨ ਸਾਈਡ। ਠੀਕ ਹੈ ਜੀ। ਉੱਚਾ ਕੁਐਸਚਨ ਹੈ 6.2। ਆਹ ਤੁਹਾਡੇ ਸਾਹਮਣੇ ਇੱਕ ਫਿਗਰ ਦਿੱਤੀ ਹੈ, ਆਕ੍ਰਿਤੀ ਦਿੱਤੀ ਹੈ। ਪਹਿਲੀ ਚੀਜ਼ ਕੀ ਦਿੱਤੀ ਹੈ? ਏ ਬੀ ਪੈਰਲਲ ਸੀ ਡੀ। ਆ ਏ ਬੀ ਲਾਈਨ ਹੈ, ਆ ਸੀ ਡੀ ਲਾਈਨ ਹੈ, ਦੋਵੇਂ ਆਪਸ ਚ ਪੈਰਲਲ ਹੈ, ਸਮਾਂਤਰ। ਦੂਜੀ ਚੀਜ਼, ਹੁਣ ਇਹਦੇ ਇੱਕ ਨਵਾਂ ਸਾਈਨ ਦਿੱਤਾ ਨਿਸ਼ਾਨ, ਇਹ ਤੁਹਾਨੂੰ ਨਵਾਂ ਲੱਗਦਾ ਪਰ ਵੈਸੇ ਆਪਾਂ ਬਹੁਤ ਵਾਰ ਪਹਿਲਾਂ ਹੀ ਪੜ੍ਹਿਆ ਹੋਇਆ ਹੈ। ਈਐਫ ਪਰਪੈਂਡੀਕੁਲਰ ਜਾਂ ਪੰਜਾਬੀ ਚ ਲੰਬ ਕਹਿੰਦੇ ਆ ਸੀ ਡੀ। ਆ ਈਐਫ ਦੀ ਲਾਈਨ ਹੈ, ਇਹ ਸੀ ਡੀ ਦੇ ਉੱਪਰ ਕੀ ਹੈ? ਪਰਪੈਂਡੀਕੁਲਰ। ਮਤਲਬ ਕੀ ਹੈ ਕਿ ਇਹ ਸੀ ਡੀ ਉੱਪਰ ਕਿੰਨੇ ਡਿਗਰੀ ਦਾ ਕੋਣ ਬਣਾਉਂਦੇ ਆ? 90 ਡਿਗਰੀ ਦਾ। 90 ਡਿਗਰੀ ਨੂੰ ਕਹਿਣ ਦਾ ਇੱਕ ਇਹ ਵੀ ਤਰੀਕਾ, ਵੈਸੇ ਉਹਨਾਂ ਨੇ ਨਿਸ਼ਾਨ ਵੀ ਲਾਇਆ ਹੋਇਆ, ਇਹ ਨਿਸ਼ਾਨ ਤੋਂ ਵੀ ਆਪਾਂ ਨੂੰ ਪਤਾ ਚੱਲਦਾ ਕਿ ਕਿੰਨੇ ਡਿਗਰੀ ਦਾ ਕੋਣ ਹੈ? 90 ਦਾ। ਪਰ ਉਹਨਾਂ ਨੇ ਇਹ ਵੀ ਨਿਸ਼ਾਨ ਪਾਤਾ, ਇਹ ਵੀ ਨਿਸ਼ਾਨ 90 ਦਾ ਹੀ ਹੈ। ਇਸ ਸਾਈਨ ਨੂੰ ਪਰਪੈਂਡੀਕੁਲਰ ਜਾਂ ਲੰਬ ਕਹਿੰਦੇ ਆ। ਸਮਝ ਲੱਗ ਗਈ? ਇੱਕ ਚੀਜ਼ ਹੋ ਦਿੱਤੀ ਹੈ, GED ਬਰਾਬਰ 126। ਅੱਛਾ ਹੁਣ ਮੈਨੂੰ ਕੌਣ ਦੱਸੂਗਾ ਇਹ ਕਿਹੜਾ ਕੌਣ ਹੋ ਗਿਆ? GED ਆਹ ਵਿੱਚ ਈ ਹੈ, ਹੁਣ ਆਸੇ ਪਾਸੇ ਜੀ ਆ ਰਿਹਾ ਤੇ ਆ ਰਿਹਾ ਡੀ, ਯਾਨੀ ਕਿ ਆ ਪੂਰਾ ਇੱਥੋਂ ਦਿਖ ਰਿਹਾ ਕਿੰਨੇ ਡਿਗਰੀ ਦਾ ਕੋਣ ਹੈ? 126। ਵੈਰੀ ਗੁੱਡ ਬੈਠੋ। ਹੁਣ ਆਪਾਂ ਕੀ ਪਤਾ ਕਰਨਾ? 3 ਕੋਨਾਂ ਦਾ ਮੁੱਲ ਪਤਾ ਕਰਨਾ, 3 ਐਂਗਲਸ ਦੀ ਵੈਲਿਊ ਪਤਾ ਕਰਨਾ। ਪਹਿਲਾ ਕੋਣ ਕਿਹੜਾ ਹੈ? ਏ ਜੀ ਵਿੱਚ ਜੀ ਆ ਰਿਹਾ, ਪਰ ਇਹ ਇੱਧਰਲਾ ਪਾਸਾ ਪਤਾ ਕਰਨੀ, ਇੱਧਰ ਲਾਉਣ ਦੇ ਲਈ ਏ ਆ ਰਿਹਾ ਤੇ ਈ ਆ ਰਿਹਾ। ਹੁਣ ਦੱਸੋ ਆ ਇੱਕ ਨੰਬਰ ਕੌਣ ਪਤਾ ਕਰਨਾ ਕਿ 2? ਆ ਕੌਣ ਹੈਗਾ? 1। ਜੀ ਈ ਐਫ, ਜੀ ਈ ਤੇ ਐਫ, ਯਾਨੀ ਕਿ ਆ ਇਹਨਾਂ ਦੀ ਹਿੱਸਾ ਜਿਹੜਾ ਹੈਗਾ 3 ਨੰਬਰ ਕੌਣ ਪਤਾ ਕਰਨਾ। ਠੀਕ ਹੈ ਜੀ। ਅੱਗੇ ਐਫ ਜੀ ਈ ਵਿੱਚ ਜੀ ਹੈ ਆ ਰਿਹਾ,
ਐਫ ਤੇ ਈ ਯਾਨੀ ਕਿ ਕਿਹੜਾ ਨੰਬਰ ਕੌਣ ਪਤਾ ਕਰਨਾ ਹੈ? ਦੋ ਦੋ ਇੱਕ ਦੋ ਤਿੰਨ ਦਾ ਵੈਲਿਊ ਪਤਾ ਕਰਨਾ। ਪਹਿਲੀ ਗੱਲ ਆ ਪੂਰਾ 126 ਦਾ ਦਿੱਤਾ, ਆ ਕਿੰਨੇ ਦਾ? 90 ਦਾ। ਤਿੰਨ ਨੰਬਰ ਕੌਣ ਦਾ ਮੁੱਲ ਕਿਵੇਂ ਕੱਢਾਂਗੇ? 90 ਹਾਂ, ਪੂਰਾ ਕੌਣ ਕਿੰਨੇ ਦਾ? 126। ਆ ਅੱਧਾ ਹਿੱਸਾ ਕਿੰਨੇ ਦਾ? 90। ਤਾਂ ਇੰਨਾ ਹਿੱਸਾ ਕੀ ਕਰਾਂਗੇ? 126 ਚੋਂ 90 ਕਢਾ ਲਾਂਗੇ। ਕੌਣ ਤਿੰਨ ਦਾ ਮੁੱਲ ਆ ਗਿਆ, ਸਮਝ ਲਾ ਗਈ? ਦੂਜੀ ਪੁਆਇੰਟ ਏ ਜੀ ਈ ਐਫ ਲਈ ਦੇਖੋ, ਆਹਾ ਇੱਕ ਤ੍ਰਿਭੁਜ ਹੈ, ਤ੍ਰਿਭੁਜ ਦੇ ਤਿੰਨਾਂ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ? ਤ੍ਰਿਭੁਜ ਦੇ ਤਿੰਨਾਂ ਕੋਨਾਂ ਦਾ ਜੋੜ 180 ਡਿਗਰੀ। ਹੁਣ ਇਹਦੇ ਚ ਆਪਾਂ ਆਹਾ ਇੱਕ ਕੋਣ ਆਪਾਂ ਪਤਾ ਕਰ ਲਿਆ, 126 ਚੋਂ 90 ਘਟਾਵਾਂਗੇ, 36 ਡਿਗਰੀ। ਠੀਕ ਹੈ, ਆ ਵੀ 90 ਹੈ, ਜਿਹੜਾ 90 ਹੈ ਤਾਂ ਸਾਰੇ ਕੋਣ ਕਿੰਨੇ ਡਿਗਰੀ ਦੇ ਹੋਣਗੇ? 90। ਯਾਨੀ ਕਿ ਦੂਜਾ ਕੋਣ 90 ਹੋ ਗਿਆ। ਤਾਂ ਤੀਜਾ ਕੋਣ ਪਤਾ ਕਰ ਸਕਦੇ ਹਾਂ ਕਿਵੇਂ? 90 ਦੇ 36 ਕੀ ਕਰਾਂਗੇ? ਪਲੱਸ। ਫਿਰ ਕਿੰਨੇ ਘਟਾਵਾਂਗੇ? ਤਿੰਨੋ ਕੋਨਾ ਜੋੜ 180 ਡਿਗਰੀ ਹੈ, ਇੱਕ 90 ਹੈ ਤੇ ਇੱਕ 36 ਹੈ। ਪਹਿਲਾਂ ਇਹ ਦੋਵਾਂ ਨੂੰ ਜੋੜ ਲਿਆ, 180 ਚ ਘਟਾ ਲਿਆ, ਤਾਂ ਤੀਜੇ ਕੋਨ ਦਾ ਮੁੱਲ ਆ ਤਾਂ ਆ ਵੀ ਆ ਗਿਆ। ਇਸ ਤੋਂ ਬਾਅਦ ਹੁਣ ਆ ਪੂਰਾ ਕੋਨ ਕਿੰਨੇ ਡਿਗਰੀ ਦਾ ਹੁੰਦਾ ਹੈ? 180। ਤਾਂ ਉਹਦੇ ਤੋਂ ਜਿਹੜਾ ਆਪਾਂ ਇੱਕ ਜਵਾਬ ਕੱਢਾਂਗੇ ਉਹ ਘਟਾ ਲਾਂਗੇ, ਤਾਂ ਉਹਦੇ ਨਾਲ ਇੱਕ ਕੋਨ ਦਾ ਮੁੱਲ ਆ ਗਿਆ। ਹੁਣ 1, 2, 3 ਕੋਨ ਦੇ ਮੁੱਲ ਪਤਾ ਚੱਲ ਗਏ ਕਿਵੇਂ ਕੱਢਣੇ ਆ। ਤਾਂ ਹੁਣ ਕਰੀਏ ਕੋਨ ਤਿੰਨ ਸੋਲੂਸ਼ਨ। ਕੋਨ ਤਿੰਨ, ਕੋਨ ਤਿੰਨ ਨੂੰ ਕੀ ਹੈ? ਜੀ ਈ ਐਫ ਬਰਾਬਰ 126 ਡਿਗਰੀ ਮਾਈਨਸ 90 ਡਿਗਰੀ, ਕਿੰਨਾ ਹੋ ਗਿਆ? 36 ਡਿਗਰੀ। ਤਾਂ ਕੋਨ ਜੀ ਈ ਐਫ ਦਾ ਮੁੱਲ ਆ ਗਿਆ ਆਪਣੇ ਕੋਲ। ਹੁਣ ਤ੍ਰਿਭੁਜ ਜੀ ਈ ਐਫ, ਕੋਨ ਜੀ ਈ ਐਫ ਪਲੱਸ ਕੋਨ ਜੀ ਐਫ ਸੀ ਪਲੱਸ ਕੋਨ ਈ ਜੀ ਐਫ ਬਰਾਬਰ 180 ਡਿਗਰੀ। ਜੀ ਈ ਐਫ 36 ਡਿਗਰੀ ਆ ਕੱਢਿਆ, ਐਫ ਜੀ ਐਫ ਈ ਆ ਰਿਹਾ ਕਿੰਨੇ ਡਿਗਰੀ ਦਾ? 90। ਤੇ ਆਪਾਂ ਈ ਜੀ ਐਫ ਯਾਨੀ ਕਿ ਜੀ ਈ ਕੋਨ ਨੰਬਰ 2 ਯਾਨੀ ਕਿ ਐਫ ਜੀ ਈ ਪਤਾ ਕਰਨਾ ਹੈ। ਐਫ ਜੀ ਈ ਬਰਾਬਰ 180 ਡਿਗਰੀ। ਠੀਕ ਹੈ ਜੀ, ਹਾਂਜੀ। ਹੁਣ ਆ ਕਿੰਨਾ ਹੋ ਗਿਆ? 36 ਪਲੱਸ 90 ਐਫ ਜੀ ਈ, ਐਫ ਜੀ ਈ 180 ਮਾਈਨਸ ਕਿੰਨਾ ਕਰਾਂਗੇ? 126 ਡਿਗਰੀ। ਤਾਂ 180 ਚੋਂ 26 ਕਿੰਨਾ? 180 ਕਰਵਾਏ 60 54 ਡਿਗਰੀ। ਤਾਂ ਐਫ ਜੀ ਈ ਦਾ ਮੁੱਲ ਕਿੰਨਾ ਆ ਗਿਆ? 54 ਡਿਗਰੀ। ਆਪਣਾ ਤਿੰਨ ਨੰਬਰ ਕੌਣ ਪਤਾ ਹੋ ਗਿਆ ਤੇ ਦੋ ਨੰਬਰ ਕੌਣ ਰਿਹਾ? ਕਿਹੜਾ ਗਿਆ? ਇੱਕ ਨੰਬਰ ਕੌਣ। ਯਾਨੀ ਕਿ ਕੌਣ ਏ ਜੀ ਈ ਬਰਾਬਰ 180 ਡਿਗਰੀ ਮਾਈਨਸ ਕੌਣ ਐਫ ਜੀ ਈ? 180 ਡਿਗਰੀ ਮਾਈਨਸ ਐਫ ਜੀ ਈ ਕਿੰਨਾ ਆ ਗਿਆ? 54 ਡਿਗਰੀ। 180 ਦਾ 54 ਕੱਟੇ 126। ਹੁਣ ਇੱਥੇ ਲਿਖਣਾ ਆਪਣਾ ਕਿ ਇਹ ਦੋਵੇਂ ਕੌਣ, ਬਿਕੋਜ਼ ਏ ਜੀ ਈ ਕੌਣ ਪਲੱਸ ਐਫ ਜੀ ਈ ਕੌਣ ਬਰਾਬਰ 180 ਡਿਗਰੀ, ਇਹ ਦੋਵਾਂ ਕੋਨਾਂ ਦਾ ਜੋੜ 180 ਡਿਗਰੀ ਹੁੰਦਾ। ਕਿਉਂ? ਕਿਉਂਕਿ ਕਿਹੜੇ ਐਂਗਲ ਹੈ? ਸਟ੍ਰੇਟ ਐਂਗਲ, ਜਾਂ ਲਿਖਾਂਗੇ ਸਿੱਧਾ ਸਰਲ ਕੋਣ, ਪੰਜਾਬੀ ਚ ਲਿਖੋਗੇ ਸਰਲ ਕੋਣ। ਸਮਝ ਲੱਗੀ?
ਇਹ ਕੁਐਸਚਨ ਸਮਝ ਲੱਗ ਗਿਆ? ਹਾਂਜੀ।